ভিগন না পেজবে ভিগন ਇੱਕ ਨੰਬਰ ਦੀ ਫੱਫੇ ਕੁੱਟਣੀ 10 ਨੰਬਰ ਦੀ ਚੁਗਲਖੋਰ ਘਰ ਪਾੜ ਨੂੰ ਸਾੜ ਅੱਕ ਵਰਗੀ ਕੌੜੀ ਡੈਣ ਵਰਗੀ ਡਰਾਉਣੀ ਪੰਜਾਬੀ ਫਿਲਮਾਂ ਦੀ ਮਾਸੀ ਮਾਸੀ ਗੁਲਾਬੋ ਮਾਸੀ ਮੈਂ ਤੇ ਲੋਕਾਂ ਨੂੰ ਦੱਸ ਰਿਹਾ ਸੀ ਕਿ ਤੂੰ ਗੁੜ ਵਰਗੀ ਮਿੱਠੀ ਸ਼ੱਕਰ ਵਰਗੀ ਨਰਮ ਤੇ ਗੰਨੇ ਵਰਗੀ ਉੱਚੀ ਲੰਮੀ ਬਹੁਤ ਚੰਗੀ ਮਾਸੀ ਵੇ ਖਬਰਦਾਰ ਮੈਨੂੰ ਚੰਗੀ ਚੁੰਗੀ ਕਿਹਾ ਵੇ ਚੰਗੀ ਹੋਊ ਤੇਰੀ ਮਾਂ ਤੇਰਾ ਪਿਓ ਤੇਰਾ ਤਾਇਆ ਤੇਰਾ ਚਾਚਾ ਤੇਰੇ ਮਾਮੇ ਤੇਰੇ ਫੁੱਫੀ ਤੇਰੀ ਭੂਆ ਵੇ ਚੰਗਾ ਹੋਊ ਤੇਰਾ ਦਾਦਾ ਮਾਸੀ ਮੇਰਾ ਦਾਦਾ ਤੇ ਚੰਗਾ ਸੀ ਤੇਰਾ ਦਾਦਾ ਕਿਹੋ ਜਿਹਾ ਸੀ ਮੇਰਾ ਦਾਦਾ ਵੇ ਮੇਰੇ ਦਾਦੇ ਦੀਆਂ ਕੀ ਰੀਸਾਂ ਉਹ ਤਾਂ ਅੱਬਲ ਨੰਬਰ ਦਾ ਸ਼ਿਕਾਰੀ ਦੀ ਸ਼ਿਕਾਰੀ ਸ਼ੇਰ ਫੜਦਾ ਹੁਣ ਮੁੱਛ ਤੋਂ ਚਿੜੀਆਂ ਫੜਦਾ ਕਬੂਤਰ ਫੜਦਾ ਛਿੱਤਰ ਨਾਲ ਤਿੱਤਰ ਮਾਰਦਾ ਤੇ ਅੱਡੀ ਥੱਲੇ ਢੱਟਰ ਮਾਰ ਕੇ ਫੇਰ ਦਿੰਦਾ ਤੇ ਮੱਛੀਆਂ ਦੇ ਢੇਰਾਂ ਦੇ ਢੇਰ ਫੜਦਾ ਸੀ ਦੱਦਈ ਮਾਸੀ ਸਮੁੰਦਰ 'ਚ ਝਾਤੀ ਮਾਰੋ ਨਾ ਤੇ ਡਮਰਾ ਮੱਛੀ ਮੂੰਹ ਅੱਡ ਅੱਡ ਕੇ ਕਰਦੀ ਹੈ ਦਾਦਾ ਦਾਦਾ ਬੋਲਿਆ ਚੋ ਤੇਰੇ ਦਾਦੇ ਨੂੰ ਯਾਦ ਕਰਦੀ ਹੈ ਜੇ ਭੋ ਕਰਦਾ ਮੂੰਹ ਬੰਦ ਕਰ ਦੇ ਬੱਚਾ ਆਇਆ ਬੁਲਬਲਿਆਂ ਦਾ ਜੇ ਮੈਂ ਸਮੁੰਦਰ ਦੀ ਨੀ ਆਪਣੇ ਪਿੰਡ ਦੇ ਟੋਬੇ ਦੀ ਗੱਲ ਕਰਦੀ ਆ ਟੋਬੇ 'ਚ ਇੰਨੀਆਂ ਮੱਛੀਆਂ ਹਾਂ ਇੱਕ ਵਾਰੀ ਮੇਰੇ ਦਾਦੇ ਨੇ ਮੱਛੀਆਂ ਫੜਨ ਵਾਸਤੇ ਪਿੰਡ ਦੇ ਟੋਬੇ ਵਿੱਚ ਕੁੰਡੀ ਪਾਈ ਭਾਈ ਤੜਕੇ ਤੋਂ ਆਥਣ ਤੱਕ ਬੈਠਾ ਰਿਹਾ ਜੈ ਖਾਣੀ ਕੋਈ ਮੱਛੀ ਬਾਹਰ ਹੀ ਨਾ ਆਈ ਫੇਰ ਕੀਤੀ ਫੇਰ ਉਸਨੇ ਪਿੰਡ ਦੇ ਢੀਂਡੇ ਭਲਵਾਨ ਨੂੰ ਬੁਲਾਇਆ ਗੱਲ ਨਾ ਬਣੀ ਫੇਰ ਫੋਨ ਕਰਕੇ ਦਾਰੇ ਨੂੰ ਕਰਤਾਰੇ ਨੂੰ ਤੇ ਮਿਹਰਦੀਨ ਨੂੰ ਸੱਦਿਆ ਉਹਨਾਂ ਨੇ ਰਲ ਕੇ ਧੂਪ ਘੜੀਸ ਕੇ ਚੌਥੇ ਦਿਨ 4 ਕੁਇੰਟਲ ਦੀ ਮੱਛੀ ਕੱਢੀ 4 ਕੁਇੰਟਲ ਦੀ 4 ਕੁਇੰਟਲ ਦੀ ਮੱਛੀ ਕਦੇ ਕਦੇ ਕਿ ਮੁਤਰ ਮੁਤਰ ਝਾਕਦਾ ਤੂੰ ਕਦੇ ਮੱਛੀ ਨੀ ਦੇਖੀ ਡੁੱਚਣਾ ਮਾਸੀ ਮੈਨੂੰ ਡੂਚਣਾ ਨਾ ਦੱਸ ਮੇਰਾ ਦਾਦਾ ਵੀ ਕਿਸੇ ਦੇ ਦਾਦੇ ਨਾਲੋਂ ਘੱਟ ਨਹੀਂ ਸੀ ਇੱਕ ਵਾਰੀ ਉਹਨੇ ਵੀ ਪਿੰਡ ਦੇ ਟੋਬੇ ਵਿੱਚ ਕੁੰਡੀ ਸੁੱਟੀ ਜੂੰ ਡੋਰ ਖਿੱਚਣ ਲੱਗਾ ਜੂੰ ਡੋਰ ਖਿੱਚਣ ਲੱਗਾ ਖਿੱਚਦਿਆਂ ਖਿੱਚਦਿਆਂ ਜਗਦੀ ਲਾਲਟਨ ਬਾਹਰ ਆ ਗਈ ਹਾਲੇ ਤੱਕ ਜਗਦੀ ਗਪਾਰ ਸੰਖ ਮੈਂ ਨਹੀਂ ਮੰਨਦੀ ਪਾਣੀ ਵਿੱਚੋਂ ਕਦੇ ਵੀ ਜਗਦੀ ਲਾਲਟਨ ਬਾਹਰ ਨਹੀਂ ਆ ਸਕਦੀ ਗਪਾਰ ਸੰਖ ਮਾਸੀ ਤੂੰ ਐਡੀ ਭਾਰੀ ਮੱਛੀ ਹੋ ਹੀ ਨਹੀਂ ਸਕਦੀ ਵੇ ਮਾਏ ਕਿ ਆ ਪਾਣੀ ਚੋਂ ਕਦੇ ਜਗਦੀ ਲਾਲਟਨ ਬਾਹਰ ਨਹੀਂ ਆ ਸਕਦੀ ਮੈਂ ਕਹਿੰਦਾ ਐਡੀ ਭਾਰੀ ਮੱਛੀ ਹੋ ਹੀ ਨਹੀਂ ਸਕਦੀ ਵੇ ਮਾਏ ਪਾਣੀ ਵਿੱਚ ਜਗਦੀ ਲਾਲਟਨ ਕਦੇ ਬਾਹਰ ਨਹੀਂ ਆ ਸਕਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਐਡੀ ਭਾਰੀ ਮੱਛੀ ਹੋ ਹੀ ਨਹੀਂ ਸਕਦੀ ਓ ਫੋਟ ਮਾਏ ਕਹਿੰਦੀ ਜਗਦੀ ਲਾਲਟਨ ਬਾਹਰ ਆ ਹੀ ਨਹੀਂ ਸਕਦੀ ਮਸੀ ਤੇ ਫਿਰ ਲੜਨਾ ਸਮਝੌਤਾ ਹੀ ਕਰ ਲੈ ਮੇਰੇ ਨਾਲ ਤੂੰ ਆਪਣੀ ਮੱਛੀ ਦਾ ਭਾਰ ਘਟਾ ਦੇ ਮੈਂ ਆਪਣੀ ਲਾਲਟਨ ਬੁਝਾ ਲੈਂਦਾ